गनमैन ਵਜੋ ਨੌਕਰੀ ਸ਼ੁਰੂ ਕਰਨ ਵਾਲਾ ਬਣਿਆ ਬੈਂਕ ਮੈਨੇਜਰ ਅੱਗੇ ਵਧਣ ਦੀ ਚਾਹਤ ਅਤੇ ਪੜ੍ਹਨ ਲਿਖਣ ਦੇ ਸ਼ੌਕ ਨੇ ਪਰਮਜੀਤ ਨੂੰ ਉੱਚਾ ਹੁਦਦ ਤੇ ਪਹੁੰਚਾਇਆ ਜਗਰਾਓ ਦੇ ਪਿੰਡ ਖਾੜਾ ਚ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਕੁਝ ਸਾਲ ਪਹਿਲਾਂ ਰਨਮਨ ਵਜੋ ਨੌਕਰੀ ਕਰਨ ਵਾਲਾ ਪਰਮਜੀਤ ਸਿੰਘ ਅੱਜ ਉਸ ਬੈਂਕ ਦਾ ਮੈਨੇਜਰ ਬਣ ਗਿਆ ਹੈ ਜਾਣਕਾਰੀ ਅਨੁਸਾਰ ਪਿੰਡ ਪੁੜੈਂਡ ਦੇ ਰਹਿਣ ਵਾਲਾ ਪਰਮਜੀਤ ਸਿੰਘ ਮਠਾੜੂ ਨੇ ਫੌਜ ਚੋ ਸੇਵਾ ਮੁਕਤੀ ਤੋਂ ਬਾਅਦ ਇਸ ਬੈਂਕ ਚ ਗਨਮੈਨ ਵਜੋ ਨੌਕਰੀ ਸ਼ੁਰੂ ਕੀਤੀ ਦਿਲ ਵਿੱਚ ਅੱਗੇ ਵਧਣ ਦੀ ਇੱਛਾ ਅਤੇ ਪੜ੍ਹਨ ਲਿਖਣ ਦਾ ਸ਼ੌਕ ਸੀ ਇਹ ਦੋ ਚੀਜ਼ਾਂ ਉਸ ਨੂੰ ਅੱਜ ਇਸ ਮੁਕਾਮ ਲੈ ਆਈਆਂ ਉਸਨੇ 11 ਕੋ ਸਾਲਾ ਵਿੱਚ ਇਹ ਸਫਲਤਾ ਦਾ ਪੰਡਾ ਤੈਅ ਕੀਤਾ ਗਨਮੈਨ ਮੈਨੇਜਰ ਵਜੋਂ পদਉਨਤ ਹੋਏ ਪਰਮਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਾ ਹੋਇਆ ਥੰਗਦਾ ਸਟਾਫ ਲੱਗਣ ਤੋਂ ਬਾਅਦ ਪਰਮਜੀਤ ਸਿੰਘ ਪੜ੍ਹਾਈ ਦੇ ਨਾਲ-ਨਾਲ ਬੈਂਕ ਦੇ ਪੇਪਰ ਦੇਣ ਦੀ ਤਿਆਰੀ ਕਰਦਾ ਰਿਹਾ ਪਹਿਲਾ ਉਹ ਇਸੇ ਬੈਂਕ ਵਿੱਚ ਖਜ਼ਾਂਚੀ ਬਣਿਆ ਅਤੇ ਮਗਰੋਂ ਪਰਦਾਤੇ ਤਰੱਕੀ ਕਰਦਾ ਹੋਇਆ ਡਿਪਟੀ ਮੈਨੇਜਰ ਤੋਂ ਅੱਜ ਬ੍ਰਾਂਚ ਮੈਨੇਜਰ ਦੀ ਕੁਰਸੀ ਤੇ ਪਹੁੰਚ ਗਿਆ ਹੈ। ਇਮਾਨਦਾਰ ਇਨਸਾਨ ਹੈ। ਇਸ ਮੌਕੇ ਸਟਾਫ ਵੱਲ ਪਰਮਜੀਤ ਸਿੰਘ ਮਠਾੜੂ ਦਾ ਕੇਕ ਕੱਟ ਕੇ ਮੂੰ ਵੀ ਮਿੱਠਾ ਕਰਵਾਇਆ ਗਿਆ। ਪਦੌਨਤ ਹੋਏ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਸਮੂਹ ਸਟਾਫ ਇਸ ਮੌਕੇ ਬੈਂਕ ਦੇ ਮੌਜੂਦਾ ਬ੍ਰਾਂਚ ਮੈਨੇਜਰ ਪਿਆਬਰਾਤਾ ਰਾਏ ਅਤੇ ਸਮੁੱਚੇ ਸਟਾਫ ਨੇ ਪਰਮਜੀਤ ਸਿੰਘ ਮਠਾੜੂ ਨੂੰ ਮੁਬਾਰਕ ਦਿੱਤੀ। ਉਨਾ ਦਸਿਆ ਕੇ ਪਰਮਜੀਤ ਸਿੰਘ ਮਹਿੰਤੀ ਅਤੇ ਦਾ ਧੰਨਵਾਦ ਕੀਤਾ ਦੇਸ਼ ਵਿਦੇਸ਼ ਦੀ ਹਰ ਖਬਰ ਦੀ ਜਾਣਕਾਰੀ ਲੈਣ ਲਈ ਸੀਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਜੋ ਤੁਹਾਡੇ ਤੱਕ ਹਰ ਖਬਰ ਸਭ ਤੋਂ ਪਹਿਲਾਂ ਪਹੁੰਚ ਸਕੇ